ਹੁਸ਼ਿਆਰਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ 30 ਸਾਲ ਦੇ ਨੌਜਵਾਨ ਮੁੰਡੇ ਨੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਫਾਹ ਲੈ ਲਿਆ ਹੈ। ਮੁੰਡੇ ਦੀ ਪਛਾਣ ਚੇਤਨ ਭਾਰਗਵ ਦੇ ਰੂਪ ਦੇ ਵਿੱਚ ਹੋਈ ਹੈ। ਚੇਤਨ ਦੇ ਫਾਦਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦਾ ਮੁੰਡਾ ਬੜੇ ਚਿਰਾਂ ਤੋਂ ਸਹੁਰੇ ਪਰਿਵਾਰ ਤੋਂ ਤੰਗ ਚੱਲ ਰਿਹਾ ਸੀ, ਜਿਸ ਕਾਰਨ ਅੱਜ ਉਹਨੇ ਐਡਾ ਵੱਡਾ ਕਦਮ ਪੁੱਟ ਲਿਆ ਹੈ। ਚੇਤਨ ਦੇ ਪਿਤਾ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਈ, ਉੱਥੇ ਹੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਅਸਲ ਤੱਥ ਸਾਹਮਣੇ ਲਿਆਏ ਜਾਣ ਅਤੇ ਆਰੋਪੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜੀਵੀਸੀ ਅਪਡੇਟ ਦੇ ਲਈ ਲਵਿਸ਼ਾ ਕਲਿਆਣ ਤੇ ਖੁਸ਼ੀ ਕਸ਼ਪ ਦੀ ਰਿਪੋਰਟ। ਮੈਂ ਹਾਂ ਲਵਿਸ਼ਾ ਕਲਿਆਣ, ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ। ਜੀਬੀਸੀ ਅਪਡੇਟ ਟੀਮ ਅੱਜ ਪਹੁੰਚੀ ਹੈ ਹੁਸ਼ਿਆਰਪੁਰ ਦੇ ਮਾਡਲ ਟਾਊਨ ਥਾਣੇ, ਜਿੱਥੇ ਕਿ ਇੱਕ ਨੌਜਵਾਨ ਵੱਲੋਂ ਆਪਣੇ ਸਹੁਰੇ ਪਰਿਵਾਰ ਵੱਲੋਂ ਪਰੇਸ਼ਾਨ ਕਰਨ ਤੇ ਆਤਮ ਹੱਤਿਆ ਕਰ ਲਈ ਗਈ। ਆਓ ਗੱਲਬਾਤ ਕਰਦੇ ਹਾਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਨ ਉਹ? ਚੇਤਨ ਭਾਰਗਵ ਦਾ ਕਜ਼ਨ ਬ੍ਰਦਰ ਆ। ਮੈਨੂੰ ਕੱਲ 10:30 ਪਤਾ ਲੱਗਾ ਕਿ ਇਹ ਸਾਰਾ ਕੁਝ ਹੋ ਗਿਆ, ਤਾਂ ਮੈਂ ਆਪਣੀ ਡਿਊਟੀ ਤੋਂ ਨਿਕਲ ਗਿਆ। ਸਾਰੇ ਫੈਮਿਲੀ ਮੈਂਬਰਸ ਨੂੰ ਫੋਨ ਲਗਾਇਆ ਪਰ ਕੋਈ ਵੀ ਉਠਾ ਨਹੀਂ ਰਿਹਾ ਸੀਗਾ, ਸਾਰੇ ਮੱਠੇ ਭੱਜੇ ਪਏ। ਮੈਨੂੰ ਲੱਗਿਆ ਮੇਰੇ ਭਾਬੀ ਜੀ ਵੀ ਉੱਥੇ, ਮੈਂ ਉਹਨਾਂ ਨੂੰ ਕੋਲ ਕੀਤੀ ਅਤੇ ਉਹਨਾਂ ਨੇ ਉਠਾਇਆ। ਮੈਂ ਪੁੱਛਿਆ ਭਾਬੀ ਜੀ ਕੀ ਹੋਇਆ, ਕਹਿੰਦੇ ਕੁਛ ਨਹੀਂ ਹੋਇਆ, ਛੋਟੀ ਮੋਟੀ ਗੱਲਾਂ ਹੁੰਦੀਆਂ ਰਹਿੰਦੀਆਂ ਘਰ ਦੇ ਵਿੱਚ। ਮੈਂ ਕਿਹਾ ਤੁਸੀਂ ਕਿੱਥੋਂ? ਕਹਿੰਦੇ ਮੈਂ ਆਪਣੇ ਪੇਕਿਆਂ ਦੇ ਘਰ ਆ। ਅਤੇ ਜਦਕਿ ਉਹਨਾਂ ਨੂੰ ਪਤਾ ਸੀ ਕਿ ਮੇਰੇ ਬ੍ਰਦਰ ਨੇ ਸੁਸਾਈਡ ਕਰ ਲਈ ਆ ਅਤੇ ਉਹਨਾਂ ਦੀ ਡੈਥ ਹੋ ਗਈ ਆ, ਪਰ ਉਹ ਕਹਿੰਦੀ ਕਿ ਬਿਲਕੁਲ ਉਹਨਾਂ ਦੀ ਟੋਨ ਇੱਦਾਂ ਦੀ ਲੈਂਗੁਏਜ ਸੀਗੀ ਕਿ ਉਹ ਕੁਛ ਨਹੀਂ ਹੋਇਆ ਉਹਨਾਂ ਨੂੰ, ਜਿੱਦਾਂ ਫਰਕ ਨਹੀਂ ਪੈਂਦਾ। ਅਤੇ ਉਸ ਤੋਂ ਬਾਅਦ ਹੁਣ ਉਹਨਾਂ ਦੇ ਘਰ ਵਿੱਚੋਂ ਵੀ ਕੋਈ ਨਹੀਂ ਆਇਆ, ਅੱਜ ਤੱਕ ਹੁਣ ਪਤਾ ਲੱਗ ਰਿਹਾ ਕਿ ਉਹਨਾਂ ਦੇ ਘਰ ਲੋਕ ਲੱਗਾ ਰਿਹਾ ਅਤੇ ਫੈਮਿਲੀ ਹੈ ਨਹੀਂ, ਅਜੇ ਤੱਕ ਕੋਈ ਨਹੀਂ ਆਇਆ। ਰਿਕਾਰਡਿੰਗ ਮੇਰੇ ਕੋਲ ਹੈ 15 ਸੈਕਿੰਡ ਦੀ, ਮੈਂ ਕਿਹੋ ਕਹਿ ਰਿਹਾ ਹੁਣ ਰਿਕਾਰਡਿੰਗ ਤੱਕ ਕੋਈ ਵੀ ਉਹਨੇ ਕਰ ਕੋਈ ਨਹੀਂ ਆਇਆ, ਕੋਈ ਅਜੇ ਤੱਕ ਸਾਡੇ ਕੋਲ ਨਾ ਕਿਸੇ ਨੇ ਕੋਲ ਕੀਤੀ, ਉਹਨਾਂ ਦੀ ਫੈਮਿਲੀ ਮੈਂਬਰ ਤੋਂ ਜਾਂ ਉਹਨਾਂ ਦੇ ਕਿਸੇ ਰਿਲੇਟਿਵ ਨੇ, ਕੁਛ ਵੀ ਸਾਡੇ ਨਾਲ ਕੋਂਟੈਕਟ ਨਹੀਂ ਕਰ ਸਕਦੇ। ਮੇਰਾ ਲੜਕਾ ਜੀ ਚੇਤਨ ਸ਼ਰਮਾ ਬੀ ਟੈਕ ਮਕੈਨੀਕਲ ਇੰਜੀਨੀਅਰ, ਇਸਾ ਮਾਰਟਨ ਕੰਮ ਕਰਦਾ ਜੀ। ਉਹਦੇ ਨਾਲ ਉਹਦੀ ਪੂਰਾ 1-3 ਸਾਲ ਪਹਿਲਾਂ ਵਿਆਹ ਹੋਇਆ ਸੀ ਜੀ, ਹਰੀ ਬਾਬਾ ਮੰਦਿਰ ਦੇ ਕੋਲ ਵਿਜੇ ਕੁਮਾਰ ਉਹਨਾਂ ਦੇ ਘਰ। ਉਦੋਂ ਤੋਂ ਹੀ ਇਹਨੂੰ ਟੋਰਚਰ ਕਰ ਰਹੇ ਸੀਗੇ ਜੀ, 6 ਮਹੀਨਿਆਂ ਤੋਂ ਬਹੁਤ ਜ਼ਿਆਦਾ ਟੋਰਚਰ ਕਰ ਰਹੇ ਸੀ। ਵਿਜੇ ਕੁਮਾਰ, ਉਹਦੀ ਪਤਨੀ ਇੰਦੂ ਬਾਲਾ ਔਰ ਉਹਦੀ ਜਿਹੜੀ ਸ਼ਿਵਾਨੀ ਉਹਦੀ ਮੇਰੇ ਚੇਤਨ ਦੀ ਵਾਈਫ, ਹਰ ਸ਼ਨੀਵਾਰ ਆਪਣੇ ਘਰ ਚਲ ਜਾਂਦੀ ਸੀ, ਸੋਮਵਾਰ ਆ ਜਾਂਦੀ ਸੀ। ਚਲੋ ਅਸੀਂ ਕਦੇ ਨਹੀਂ ਉਹਨੂੰ ਰੋਕਦੇ, ਲੇਕਿਨ ਇਸ ਵਾਰ ਵੀ ਉਹ ਕਾਕਾ ਮੇਰੇ ਤੋਂ ਉਮਰ ਚਲ ਗਿਆ, ਉਹਨਾਂ ਨੇ ਪਤਾ ਨਹੀਂ ਜੀ ਉਹਨੂੰ ਕੀ ਕੁਛ ਕਿਹਾ ਕੀ ਨਹੀਂ ਕਿਹਾ, ਜਾਂ ਉਹਨਾਂ ਕੀ ਮਾਰਪੀਟ ਕੀਤੀ, ਕਿ ਹਰ ਘਰ ਆ ਕੇ ਉਹਨੇ ਨੋਟ ਲਿਖ ਕੇ ਬਾਹਰ ਲੈ ਗਏ। 5 ਬੈਗ ਵੀ ਕੀ ਹੋਇਆ ਜੀ? ਮੰਗ ਆਈ ਸਾਡੀ ਕਿ ਇਨਸਾਫ ਦਵਾਇਆ ਜਾਵੇ, ਜਦੋਂ ਸਾਨੂੰ ਸਹੀ ਇਨਸਾਫ ਦਵਾਇਆ ਜਾਵੇ। ਨਾ ਅਸੀਂ ਸੰਸਕਾਰ ਕਰਨਾ, ਨਾ ਅਸੀਂ ਉਹਦਾ ਪੋਸਟਮਾਰਟਮ ਕਰਨਾ, ਜ਼ਮੀਨ ਦੇ ਉਹ ਅਰੈਸਟ ਨਹੀਂ ਪਾ ਕੇ ਲਿਆਉਂਦੇ, ਮੁਲਾਜ਼ਮ ਲਿਆ ਮੁਲਜ਼ਮ ਲਿਆ ਪੇਸ਼ ਕਰਦੇ ਹਾਂ, ਸਾਨੂੰ ਦਿਖਾ ਦੇਣ ਅਸੀਂ ਅੰਦਰ ਸਿੱਖਾਂ ਸਾਨੂੰ ਦਿਖਾ ਦੇਣ ਹੋਏ ਹੋਆ, ਤਾਂ ਅਸੀਂ ਨਾਲ ਹੀ ਪੋਸਟਮਾਰਟਮ ਹੋਰ ਸੰਸਕਾਰ ਕਰਦੇ ਹਾਂ। ਅੱਗੇ ਇਹੀ ਮੰਗ ਹੈ ਪ੍ਰਸ਼ਾਸਨ ਅੱਗੇ, ਸਰਕਾਰ ਅੱਗੇ, ਕਿ ਸਾਨੂੰ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਵੇ।